ਮੇਰੇ ਪੀਰ ਮਡਾਲੀ ਵਾਲੇ ਨੂੰ ਸਾਰਾ ਜਗਤ ਸਲਾਮਾ ਕਰਦਾ ਏ। ਸਤਸੰਗ ਜੀ, ਰੌਜ਼ਾ ਸ਼੍ਰੀ ਮੰਡਾਲੀ ਦੀ ਪਹਿਲੀ ਗੱਦੀ ਬਾਬਾ ਅਬਦੁੱਲਾ ਸ਼ਾਹ ਕਾਦਰੀ ਤੋਂ ਸ਼ੁਰੂ ਹੋਈ, ਜਿਨ੍ਹਾਂ ਦਾ ਜਨਮ 1785 ਈਸਵੀ ਨੂੰ ਅਰਬ ਦੇਸ਼ ਵਿੱਚ ਹੋਇਆ। ਸਾਈਂ ਜੀ ਵੱਖ ਵੱਖ ਥਾਵਾਂ ਤੋਂ ਹੁੰਦੇ ਹੋਏ ਫਲੌਰ ਅਤੇ ਫਲੌਰ ਤੋਂ ਮੰਡਾਲੀ ਆਏ ਅਤੇ ਕੁੱਲਾ ਬਣਾ ਕੇ ਰਹਿਣ ਲੱਗੇ। ਇਸੇ ਤਰ੍ਹਾਂ ਮੰਡਾਲੀ ਤੋਂ 8 ਕਿਲੋਮੀਟਰ ਦੂਰ ਬਹਿਰਾਮ ਨੇੜੇ ਵੀ ਕੁੱਲਾ ਬਣਾ ਕੇ ਰਹੇ ਅਤੇ ਖੁਦਾ ਦੀ ਬੰਦਗੀ ਕੀਤੀ। ਸਾਈਂ ਜੀ ਨੇ ਮੰਡਾਲੀ ਵਿਖੇ 1833 ਈਸਵੀ ਵਿੱਚ ਇਹ ਰੱਬੀ ਦਰਬਾਰ ਬਣਾਉਣਾ ਸ਼ੁਰੂ ਕੀਤਾ। ਇਸੇ ਹੀ ਦਰਬਾਰ 'ਤੇ ਸੇਵਾ ਅਤੇ ਬੰਦਗੀ ਕਰਦਿਆਂ 1908 ਵਿੱਚ ਵਫਾਤ ਪਾ ਗਏ। ਇਹਨਾਂ ਤੋਂ ਬਾਅਦ ਇਸ ਦਰਬਾਰ ਦੀ ਸੇਵਾ ਹਜ਼ਰਤ ਦਾਤਾ ਗੁਲਾਬ ਮੁਹੰਮਦ ਸ਼ਾਹ ਜੀ ਕਾਦਰੀ ਜੀ ਨੇ ਕੀਤੀ। ਇਹਨਾਂ ਦਾ ਜਨਮ 1875 ਈਸਵੀ ਨੂੰ ਹੋਇਆ। ਇਹਨਾਂ ਨੇ ਇਲਾਕੇ ਦੀਆਂ ਕਈ ਵੱਖ ਵੱਖ ਥਾਵਾਂ 'ਤੇ ਆਪਣੇ ਮੁਬਾਰਕ ਕਦਮ ਪਾਏ। ਆਪ ਕਦੇ ਮੰਡਾਲੀ ਅਤੇ ਕਦੇ ਬੰਗਾ ਸ਼ਹਿਰ ਵਿੱਚ ਰਹਿੰਦੇ ਸੀ। ਇਹਨਾਂ ਨੇ 1965 ਈਸਵੀ ਨੂੰ ਵਫਾਤ ਪਾਈ। ਇਹਨਾਂ ਦਾ ਸੁੰਦਰ ਰੋਜ਼ਾ ਬੰਗਾ ਸ਼ਹਿਰ ਵਿੱਚ ਵੀ ਸੁਸ਼ੋਭਿਤ ਹੈ। ਅਬਦੁੱਲੇ ਸ਼ਾਹ ਜਦੋਂ ਇਸ ਧਰਤੀ ਤੇ ਆਏ ਸੀ, ਪਿੰਡ ਕੁਲਥਮ ਤੇ ਮਡਾਲੀ ਦੀ ਇਸ ਥਾਂ ਨੂੰ ਭਾਗ ਲਗਾਏ ਸੀ। ਮੇਰੇ ਦਾਤਾ ਜੀ ਅਬਦੁੱਲੇ ਸ਼ਾਹ ਜਦ ਇਸ ਧਰਤੀ ਤੇ ਆਏ ਸੀ, ਪਿੰਡ ਕੁਲਥਮ ਤੇ ਮਡਾਲੀ ਦੀ ਇਸ ਥਾਂ ਨੂੰ ਭਾਗ ਲਗਾਏ ਸੀ। ਨੀ ਰੱਖਦੇ ਸੀ ਇਸ ਰਾਜੇ ਦੀ, ਨੀ ਰੱਖਦੇ ਸੀ ਇਸ ਰਾਜੇ ਦੀ, ਉਹ ਖੋਲ ਦਿੱਤਾ ਗੁਰੂ ਕਰਦਾ ਏ। ਮੇਰੇ ਪੀਰ ਮਡਾਲੀ ਵਾਲੇ ਨੂੰ ਸਾਰਾ ਜਗਤ ਸਲਾਮਾ ਕਰਦਾ ਏ। ਸਮੇਂ ਮੁਤਾਬਕ ਸਾਵਰਦਾਤਾ ਅਲੀ ਅਹਿਮਦ ਸ਼ਾਹ ਜੀ ਕਾਦਰੀ ਇਸ ਗੱਦੀ ਦੇ ਵਾਰਸ ਬਣੇ, ਜਿਨ੍ਹਾਂ ਦਾ ਜਨਮ 1900 ਈਸਵੀ ਨੂੰ ਹੋਇਆ। ਰੌਜ਼ਾ ਮੰਡਾਲੀ ਸ਼ਰੀਫ ਵਿੱਚ ਰਹਿੰਦਿਆਂ ਸੰਗਤਾਂ ਦੀ ਸੇਵਾ ਕਰਦਿਆਂ ਹੀ ਆਪ ਨੂੰ ਇਸ ਗੱਦੀ ਦੇ ਵਾਰਸ ਬਣਾਇਆ ਗਿਆ।
ਇਹਨਾਂ ਨੇ ਹਜ਼ਰਤ ਦਾਤਾ ਗੁਲਾਮ ਮੁਹੰਮਦ ਸ਼ਾਹ ਜੀ ਕਾਦਰੀ ਨੂੰ ਆਪਣਾ ਮੁਰਸ਼ਿਦ ਮੰਨਿਆ। ਫਕੀਰੀ ਦੀ ਮੰਜ਼ਿਲ ਨੂੰ ਤੈਅ ਕਰਦਿਆਂ ਕਰਦਿਆਂ ਹਰ ਪ੍ਰੀਖਿਆ ਵਿੱਚੋਂ ਖਰੇ ਉਤਰੇ। ਆਖਿਰਕਾਰ ਸੇਵਾ ਕਰਦਿਆਂ ਕਰਦਿਆਂ 1985 ਈਸਵੀ ਨੂੰ ਦਾਤਾ ਅਲੀ ਅਹਿਮਦ ਜੀ ਵਫਾਤ ਪਾ ਗਏ। ਅਲੀ ਅਹਿਮਦ ਸ਼ਾਹ ਜੀ ਸਾਬਰ ਨੇ ਇੱਕ ਲੀਲਾ ਅੱਜ ਵਰਚਾਈ ਸੀ। ਉਸ ਅੱਗ ਤੇ ਚਾਹ ਬਣਾਈ ਸੀ, ਉਸ ਅੱਗ ਤੇ ਚਾਹ ਬਣਾਈ ਸੀ, ਉਸ ਅੱਗ ਤੇ ਚਾਹ ਬਣਾਈ ਸੀ। ਅਲੀ ਅਹਿਮਦ ਸ਼ਾਹ ਜੀ ਸਾਬਰ ਨੇ ਇੱਕ ਲੀਲਾ ਅੱਜ ਵਰਚਾਈ ਸੀ, ਅੱਗ ਬਾਲ ਕੇ ਆਪਣੇ ਪੈਰਾਂ ਤੇ ਉਸ ਅੱਗ ਤੇ ਚਾਹ ਬਣਾਈ ਸੀ। ਇਸ ਯੱਲੋ ਤਾਈ ਕ੍ਰਿਸ਼ਮੇ ਦੀ, ਇਸ ਯੱਲੋ ਤਾਈ ਕ੍ਰਿਸ਼ਮੇ ਦੀ, ਇਸ ਯੱਲੋ ਤਾਈ ਕ੍ਰਿਸ਼ਮੇ ਦੀ, ਪੀਰ ਮਡੋਲੀ ਵਾਲੇ ਨੂੰ ਸਾਰਾ ਜਗਤ ਸਲਾਮਾਂ ਕਰਦਾ ਏ। ਪੀਰ ਮਡੋਲੀ ਵਾਲੇ ਨੂੰ ਸਾਰਾ ਜਗਤ ਸਲਾਮਾਂ ਕਰਦਾ ਏ। ਮੇਰੇ ਪੀਰ ਮਡੋਲੀ ਵਾਲੇ ਨੂੰ ਸਾਰਾ ਜਗਤ ਸਲਾਮਾਂ ਕਰਦਾ ਏ। ਸਤਸੰਗ ਜੀ, ਸਾਬਰ ਦਾਤਾ ਅਲੀ ਅਹਿਮਦ ਸ਼ਾਹ ਜੀ ਕਾਦਰੀ ਤੋਂ ਬਾਅਦ ਸਾਈਂ ਭਜਨ ਸ਼ਾਹ ਜੀ 1985 ਵਿੱਚ ਰੋਜ਼ਾ ਸ਼ਰੀਫ ਮਡਾਲੀ ਦੇ ਗੱਦੀ ਨਸ਼ੀ ਹੋਏ। ਸਾਈਂ ਭਜਨ ਸ਼ਾਹ ਜੀ ਕਾਦਰੀ, ਜਿਨ੍ਹਾਂ ਦਾ ਜਨਮ 1954 ਈਸਵੀ ਨੂੰ ਹੋਇਆ, ਦਾਤਾ ਅਲੀ ਅਹਿਮਦ ਸ਼ਾਹ ਕਾਦਰੀ ਜੀ ਅਤੇ ਸਾਈਂ ਭਜਨ ਸ਼ਾਹ ਕਾਦਰੀ ਜੀ ਦਾ ਆਪਸ ਵਿੱਚ ਮਾਮੇ ਭਾਣਜੇ ਦਾ ਨਾਤਾ ਸੀ। ਸਾਈਂ ਭਜਨ ਸ਼ਾਹ ਕਾਦਰੀ ਜੀ ਨੇ ਸਮੇਂ ਅਨੁਸਾਰ ਦਰਬਾਰ ਦੀ ਸੁੰਦਰਤਾ ਵਿੱਚ ਹੋਰ ਵਾਧਾ ਕੀਤਾ। ਆਖਿਰਕਾਰ ਸਾਈਂ ਭਜਨ ਸ਼ਾਹ ਜੀ ਵੀ 2005 ਈਸਵੀ ਨੂੰ ਅੱਲਾਹ ਨੂੰ ਪਿਆਰੇ ਹੋ ਗਏ। ਸਾਈਂ ਭਜਨ ਸ਼ਾਹ ਕਾਦਰੀ ਨੇ ਇਹ ਗੱਦੀ ਆਣ ਸੰਭਾਲੀ ਸੀ, ਇਹ ਗੱਦੀ ਆਣ ਸੰਭਾਲੀ ਸੀ, ਇਹ ਗੱਦੀ ਆਣ ਸੰਭਾਲੀ ਸੀ। ਪੂਰੀ ਦੁਨੀਆ ਵਿੱਚ ਮਸ਼ਹੂਰ ਕੀਤਾ ਰੋਜ਼ਾ ਕੁਲਥਮ ਅਤੇ ਮਡਾਲੀ ਸੀ, ਰੋਜ਼ਾ ਕੁਲਥਮ ਅਤੇ ਮਡਾਲੀ ਸੀ, ਰੋਜ਼ਾ ਕੁਲਥਮ ਅਤੇ ਮਡਾਲੀ ਸੀ। ਫਿਰ ਸਾਈਂ ਭਜਨ ਸ਼ਾਹ ਕਾਦਰੀ ਨੇ ਇਹ ਗੱਦੀ ਆਣ ਸੰਭਾਲੀ ਸੀ, ਪੂਰੀ ਦੁਨੀਆ ਵਿੱਚ ਮਸ਼ਹੂਰ ਕੁਲਥਮ ਅਤੇ ਮਡਾਲੀ ਸੀ। ਇਹ ਸਭ ਦਾ ਸਾਂਝਾ ਮਾਲਕ ਹੈ, ਇਹ ਸਭ ਦਾ ਸਾਂਝਾ ਮਾਲਕ ਹੈ, ਇਹ ਸਭ ਦਾ ਸਾਂਝਾ ਮਾਲਕ ਹੈ, ਇਹ ਸਭ ਦਾ ਸਾਂਝਾ ਮਾਲਕ ਹੈ। ਇੱਥੇ ਨੂਰੀ ਇਲਾਹੀ ਵਰਦਾ ਏ, ਮੇਰੇ ਪੀਰ ਮਡਾਲੀ ਵਾਲੇ ਨੂੰ ਸਾਰਾ ਜਗਤ ਸਲਾਮਾਂ ਕਰਦਾ ਏ। ਮਡਾਲੀ ਵਾਲੇ ਨੂੰ ਸਾਰਾ ਜਗਤ ਸਲਾਮਾਂ ਕਰਦਾ, ਮੇਰੇ ਪੀਰ ਮਡਾਲੀ ਵਾਲੇ ਨੂੰ ਸਾਰਾ
ਸਾਧ ਸੰਗਤ ਜੀ, ਗੁਲਾਮ ਬਾਕੀ ਸਾਈਂ ਦੁੱਲੇ ਸ਼ਾਹ ਜੀ ਕਾਦਰੀ ਮੌਜੂਦਾ ਗੱਦੀ ਮਸ਼ੀਨ ਹਨ। ਇਹਨਾਂ ਦਾ ਜਨਮ 1957 ਈਸਵੀ ਨੂੰ ਪਿੰਡ ਬੱਲੋਵਾਲ ਵਿੱਚ ਹੋਇਆ। ਛੋਟੀ ਉਮਰ ਵਿੱਚ ਹੀ ਐਸੀ ਲਗਨ ਲੱਗੀ ਕਿ ਘਰ ਬਾਰ ਛੱਡ ਕੇ ਦਾਤਾ ਅਲੀ ਅਹਿਮਦ ਸ਼ਾਹ ਕਾਦਰੀ ਜੀ ਦੇ ਕੋਲ ਦਰਬਾਰ ਮੰਡਾਲੀ ਸ਼ਰੀਫ ਆ ਗਏ। ਜ਼ਿੰਦਗੀ ਦਾ ਇੱਕ ਇੱਕ ਪਲ ਦਰਬਾਰ ਦੀ ਸੇਵਾ ਲਈ ਲਗਾ ਦਿੱਤਾ। ਸਾਈਂ ਭਜਨ ਸ਼ਾਹ ਕਾਦਰੀ ਜੀ ਤੋਂ ਬਾਅਦ 2005 ਤੋਂ ਇਹਨਾਂ ਨੂੰ ਦਰਬਾਰ 'ਤੇ ਗੱਦੀ ਨਸ਼ੀਨ ਕੀਤਾ ਗਿਆ। ਤਦ ਇਹਨਾਂ ਨੂੰ ਗੁਲਾਮ ਬਾਕੀ ਬਿੱਲੇ ਸ਼ਾਹ ਜੀ ਕਾਦਰੀ ਗੱਦੀ ਨਸ਼ੀਨ ਦਰਬਾਰ ਮੰਡਾਲੀ ਸ਼ਰੀਫ ਦਾ ਰੁਤਬਾ ਹਾਸਲ ਹੋਇਆ। ਕਰਕੇ ਸੇਵਾ ਜਿਸਨੇ ਹਰ ਪਲ ਲੰਘਾਇਆ ਏ, ਜਿਸਨੇ ਹਰ ਪਲ ਲੰਘਾਇਆ ਏ, ਜਿਸਨੇ ਹਰ ਪਲ ਲੰਘਾਇਆ ਏ, ਰਾਮ ਬਾਕੀ ਸਾਈਂ ਬਿੱਲੇ ਸ਼ਾਹ ਦਾ ਤਾਇਆ ਰੁਤਬਾ ਪਾਇਆ ਏ। ਇਸ ਰੋਜੇ ਵਿੱਚ ਕਰਕੇ ਸੇਵਾ ਜਿਸਨੇ ਹਰ ਪਲ ਲੰਘਾਇਆ ਏ, ਗੁਲਾਮ ਬਾਕੀ ਸਾਈਂ ਬਿੱਲੇ ਸ਼ਾਹ ਦਾ ਤਾਇਆ ਰੁਤਬਾ ਪਾਇਆ ਏ। ਜੋ ਕੁੱਲਾ ਪਿੰਡ ਸਰਹਾਲੇ ਦਾ, ਜੋ ਕੁੱਲਾ ਪਿੰਡ ਸਰਹਾਲੇ ਦਾ, ਉਹ ਵੀ ਸੇਵ ਕੀ ਸਦਰਦਾ ਏ, ਮੇਰੇ ਪੀਰ ਮਡਾਲੀ ਵਾਲੇ ਨੂੰ ਸਾਰਾ ਜਗਤ ਸਲਾਮਾ ਕਰਦਾ ਏ।